ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਮੌਸਮ ਦੀ ਜਾਣਕਾਰੀ 9 ਦਸੰਬਰ ਤੋਂ ਲੈ ਕੇ 12 ਦਸੰਬਰ ਤੱਕ ਲੈ ਕੇ ਹਾਜ਼ਰਾਂ ਕਿ ਇਹਨਾਂ 4 ਦਿਨਾਂ ਦੌਰਾਨ ਪੰਜਾਬ ਮੌਸਮ ਵਿੱਚ ਕੀ ਕੀ ਹਾਲਚਲ ਹੋ ਸਕਦੀ ਹੈ ਇਹਨਾਂ ਦਿਨਾਂ ਦੌਰਾਨ ਇੱਕ ਨਵਾਂ ਜਿਹੜਾ ਸਿਸਟਮ ਆ ਰਿਹਾ ਤਾਂ ਉਸ ਦੇ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੇ ਹਾਲਾਤ ਨੇ ਕਿੰਨਾ ਕੁ ਮੀਂਹ ਪਵੇਗਾ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੀ ਪਹਿਲਾਂ 9 ਦਸੰਬਰ ਦੀ ਗੱਲ ਕਰਦੇ 9 ਦਸੰਬਰ ਨੂੰ ਮੌਸਮ ਲਗਭਗ ਸਵੇਰ ਦੇ ਸਮੇਂ ਹਲਕੀ ਟੁੱਟਮੀ ਬੱਦਲਬਾਈ ਵਾਲਾ ਬਣੇ ਰਹੇਗਾ ਜਿਹੜਾ ਬੱਦਲਬਾਈ ਦਾ ਦੌਰ ਹੈ ਵੱਖ-ਵੱਖ ਇਲਾਕਿਆਂ ਵਿੱਚ ਇਹ ਲਗਭਗ ਆਪਾਂ ਨੂੰ ਦੁਪਹਿਰ ਤੱਕ ਇਸੇ ਤਰ੍ਹਾਂ ਜਾਰੀ ਰਹਿਣ ਦੀ ਉਮੀਦ ਹੈ ਹਲਕੀ ਟੁੱਟਵੇਂ ਬੱਦਲ ਵਾਲੀ ਆਵਾਜ਼ aí ਪੰਜਾਬ ਵਿੱਚ ਬਣੀ ਰਹੇਗੀ ਨਾਲ ਸਵੇਰ ਦੇ ਸਮੇਂ ਧੁੰਦ ਵੀ ਕਈ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗੀ ਤੇ ਇਸ ਤਰ੍ਹਾਂ ਪੱਛਮੀ ਹਵਾਵਾਂ ਚਲਦੀਆਂ ਰਹਣਗੀਆਂ ਮੀਂਹ ਪੈਣ ਦੇ ਹਾਲਾਤ ਲਗਭਗ ਨਾ ਮਾਤਰ ਹੋਣਗੇ ਪਰ ਜੋ ਪੰਜਾਬ ਦੇ ਇਲਾਕੇ ਜਿਵੇਂ ਪਠਾਨਕੋਟੋਗਾ ਜਾਂ ਹੋਰ ਪਹਾੜੀ ਇਲਾਕਿਆਂ ਦੇ ਕਰੀਬ ਆਂਦੇ ਇਲਾਕੇ ਉਹਨਾਂ ਇਲਾਕਿਆਂ ਵਿੱਚ ਬੂੰਦਾਬੰਦੀ ਵੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਇਸ ਤੋਂ ਬਾਅਦ 10 ਦਸੰਬਰ ਨੂੰ ਮੌਸਮ ਪੰਜਾਬ ਦਾ ਫਿਰ ਸਾਫ਼ ਖੁਸ਼ਕ ਰਹੇਗਾ ਪੱਛਮੀ ਹਵਾਵਾਂ ਚੱਲਣਗੀਆਂ ਬੱਦਲਵਾਈ ਵੀ ਕਾਫੀ ਘਟ 10 ਤਰੀਕ ਨੂੰ ਵੀ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ ਮੀਂਹ ਰਹਿਤ ਰਹੇਗਾ ਤੇ 11 ਤਰੀਕ ਤੋਂ ਮੌਸਮ ਪੰਜਾਬ ਦਾ ਬਦਲ ਸਕਦਾ ਹੈ ਮੇਨ ਤੌਰ ਤੇ ਦੁਪਹਿਰ ਦੀ ਗੱਲ ਕਰੀ ਤਾਂ ਦੁਪਹਿਰ ਤੋਂ ਬਾਅਦ ਪੰਜਾਬ ਵਿੱਚ ਮੀਂਹ ਪੈਣ ਦੇ ਹਾਲਾਤ ਬਣ ਸਕਦੇ ਨੇ 11 ਤਰੀਕ ਦੀ ਦੁਪਹਿਰ ਤੋਂ ਲੈ ਕੇ 12 ਤਰੀਕ ਦੀ ਦੁਪਹਿਰ ਤੱਕ ਜੋ ਇਹ ਲਗਭਗ 24 ਘੰਟੇ ਦਾ ਸਮਾਂ ਹੋਵੇਗਾ ਤਾਂ ਇਸ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੀਆਂ ਮੀਂਹਆਂ ਬੁਸ਼ਾਰਾ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਕਿ ਬਹੁਤ ਲੰਬੇ ਸਮੇਂ ਤੱਕ ਨਹੀਂ ਹੋਣਗੀਆਂ ਥੋੜੇ ਸਮੇਂ ਦੇ ਛੋਟੇ ਸਪੈਲ ਕੁਝ ਭਾਗਾਂ ਵਿੱਚ ਲੱਗਣਗੇ ਤੇ ਨਾਲ ਹੀ ਇਹ ਵੀ ਗੱਲ ਕਲੀਅਰ ਕਰਦੀ ਹੈ ਕਿ ਪੰਜਾਬ ਦੇ ਸਾਰੇ ਭਾਗਾਂ ਵਿੱਚ ਮੀਂਹ ਨਹੀਂ ਪਵੇਗਾ ਲਗਭਗ 20 ਤੋਂ ਲੈ ਕੇ 50% ਇਲਾਕਿਆਂ ਵਿੱਚ ਮੀਂਹ ਪੈਣ ਦੇ आसार बन ਰਹੇ ਨੇ ਕੁਝ ਇਲਾਕਿਆਂ ਵਿੱਚ ਮੀਂਹ ਹਲਕਾ ਤੇ ਦਰਮਿਆਨਾ ਇੱਕ ਦੋ ਸਨ ਦੇ ਚੰਗਾ ਥੋੜਾ ਜਿਹਾ ਭਰਮਾ ਮੀਂਹ ਵੀ ਇਸ ਦੇ ਵਿੱਚ ਜੇਕਰ ਇਲਾਕਿਆਂ ਦੇ ਹਿਸਾਬ ਨਾਲ ਲੇਖੇ ਤਾਂ ਮੱਝਾ ਤੇ 도ਆਬਾ ਖੇਤਰ ਹੋਵੇਗਾ ਤਾਂ ਉਹਦੇ ਵਿੱਚ ਮੀਂਹ ਪੈਣ ਦੇ ਥੋੜੇ ਜਿਹਾ ਅਸਰ ਜ਼ਿਆਦਾ ਦੇਖ ਰਹੇ ਨੇ ਤੇ ਇਸ ਤੋਂ ਇਲਾਵਾ ਪੰਜਾਬ ਦੇ ਜੋ ਇਲਾਕੇ ਚੰਡੀਗੜ੍ਹ ਮੋਹਾਲੀ ਨਾਲ ਪੈ ਜਾਂਦੇ ਨੇ ਆਨੰਦਪੁਰ ਸਾਹਿਬ ਹੋ ਗਿਆ ਨੰਗਲ ਤਾਂ ਇਹਨਾਂ ਇਲਾਕਿਆਂ ਵਿੱਚ ਵੀ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਤੇ ਇਸ ਤੋਂ ਇਲਾਵਾ ਜੋ ਇਲਾਕੇ ਹਰਿਆਣੇ ਦੇ ਕਰੀਬ ਪੈਂਦੇ ਨੇ ਤਾਂ ਉਹਨਾਂ ਦੇ ਵੀ ਇੱਕ ਦੋ ਭਾਗਾਂ ਵਿੱਚ ਆਪਾਂ ਨੂੰ ਹਲਕਾ ਫੁਲਕਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਪਾਰੇ ਸਾਰੇ ਜ਼ਿਲ੍ਹਿਆਂ ਦੇ ਸਾਰੇ ਭਾਗਾਂ ਵਿੱਚ ਮੀਂਹ ਨਹੀਂ ਪਵੇਗਾ ਹਲਕੀ ਟੁੱਟਮੇ ਜਿਹੜੀ ਬਰਸਾਤੀ ਕਰਵਗੀਆਂ ਦੇਖਣ ਨੂੰ ਮਿਲਣਗੀਆਂ ਤੇ ਜੇਕਰ ਦਿੱਲੀ ਦੇ ਮੌਸਮ ਦੀ ਗੱਲ ਕਰੀਏ ਤਾਂ ਕਿਉਂਕਿ ਆਪਣੇ ਕਿਸਾਨ ਵੀਰ ਅੰਦੋਲਨ ਕਰਕੇ ਦਿੱਲੀ ਬੈਠੇ ਨੇ ਤਾਂ ਦਿੱਲੀ ਦਾ ਮੌਸਮ ਜਿਹੜਾ ਲਗਭਗ ਆਪਾਂ ਨੂੰ ਸਾਫ਼ ਹੀ ਦੇਖਣ ਨੂੰ ਮਿਲੂਗਾ ਦਿੱਲੀ ਵਿੱਚ ਮੀਂਹ ਪੈਣ ਦੇ ਅਸਰ ਲਗਭਗ ਨਾ ਮਾਤਰ ਰਹਿਣਗੇ ਕਿਉਂਕਿ ਜੋ ਇਹ ਬੱਦਲਬਾਜ਼ੀ ਦਾ ਦੌਰ ਹੈ ਲਗਭਗ ਪੱਛਮੀ ਰਾਜਸਥਾਨ ਤੋਂ ਲੈ ਕੇ ਪੰਜਾਬ ਅਤੇ ਕੁਝ ਹਰਿਆਣਾ ਦੇ ਭਾਗਾਂ ਨੂੰ ਕਵਰ ਕਰੇਗਾ ਤੇ ਮੇਨ ਤੌਰ ਤੇ ਪਹਾੜੀ ਇਲਾਕਿਆਂ ਵਿੱਚ ਜ਼ਿਆਦਾ ਸਰਗਰਮ ਰਹੇਗਾ ਅਤੇ ਬਾਕੀ ਹਰਿਆਣਾ ਰਾਜਸਥਾਨ ਦੇ ਮੁਕਾਬਲੇ ਪੰਜਾਬ ਵਿੱਚ ਮੀਂਹ ਪੈਣ ਦੇ ਅਸਰ ਜ਼ਿਆਦਾ ਹੋਣਗੇ ਤੇ ਬਾਕੀ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਨਵੀਂ ਅਪਡੇਟ ਆਵੇ ਉਹਦੀ ਜਾਣਕਾਰੀ ਵੀ ਆਪਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਜਾਵਾਂਗੇ ਕਿ ਜ਼ਿਲ੍ਹਿਆਂ ਦੇ ਹਿਸਾਬ ਨਾਲ ਜਾਣਕਾਰੀ ਹੋਵੇਗੀ ਕਿਉਂਕਿ ਮੌਸਮ ਇਹਦੇ ਵਿੱਚ ਰੋਜ਼ ਨਵੀਂ ਅਪਡੇਟ ਆ ਰਹੀ ਹੈ ਕਈ ਲਾਕਾਂ ਵਿੱਚ ਜ਼ਮੀਨ ਘਟਦਾ ਹੈ ਤੇ ਕਈ ਵਿੱਚ ਵੱਧਦਾ ਹੈ ਸੋ ਬਾਕੀ ਲਗਾਤਾਰ ਮੌਸਮੀ ਅਪਡੇਟ ਲਈ ਚੈਨਲ ਪੰਜਾਬ ਐਦਰ ਨਾਲ ਬਨੇ ਰਹੋ ਧੰਨਵਾਦ ਜੀ